ਬਾਬਾ ਸੰਘ ਦਸਤਾਰ ਕਲੱਬ ਪਿੰਡ ਸੰਘ ਤੇਸੀਆਂ ਵੱਲੋਂ ਗੁਰਦੁਆਰਾ ਬਾਬਾ ਸੰਘ ਜੀ ਦੇ ਪਵਿੱਤਰ ਅਸਥਾਨ ਤੇ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ 3 ਸਾਲ ਤੋਂ ਲੈ ਕੇ 14 ਸਾਲ ਦੇ ਮੁੰਡੇ ਕੁੜੀਆਂ ਅਤੇ 15 ਸਾਲ ਤੋਂ ਲੈ ਕੇ 20 ਸਾਲ ਦੇ ਮੁੰਡੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ ਜੇਤੂ ਰਹਿਣ ਵਾਲੇ ਮੁੰਡੇ ਕੁੜੀਆਂ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਗੁਰਾਇਆਂ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸੰਧੂ ਨੇ ਇਸ ਦਸਤਾਰ ਮੁਕਾਬਲੇ ਨੂੰ ਕਰਵਾਉਣ ਵਾਲੇ ਪ੍ਰਬੰਧਕਾਂ ਅਤੇ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਇਸ ਉਪਰਾਲੇ ਨਾਲ ਸਾਡੀ ਨੌਜਵਾਨ ਪੀੜ੍ਹੀ, ਸਾਡੇ ਗੌਰਵ, ਸਾਡੀ ਦਸਤਾਰ ਪ੍ਰਤੀ ਜਾਗਰੂਕ ਹੋਣਗੇ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਸਾਰਿਆਂ ਨੂੰ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਸਿੱਖ ਦੇ ਲਈ ਦਸਤਾਰ ਇੱਕ ਸਿਰ ਦੇ ਬਰਾਬਰ ਹੈ। ਸਿੱਖ ਦੇ ਲਈ ਦਸਤਾਰ ਇੱਕ ਕੇਵਲ ਪਹਿਰਾਵਾ ਨਹੀਂ, ਸਿੱਖੀ ਦਾ ਗੌਰਵ ਦਸਤਾਰ ਹੈ। ਅੱਜ ਦਸਤਾਰ ਦਿਵਸ ਦੇ ਉੱਤੇ ਬਾਬਾ ਸੰਘ ਦਸਤਾਰ ਕਲੱਬ ਵੱਲੋਂ ਜੋ ਪਵਿੱਤਰ ਅਸਥਾਨ ਬਾਬਾ ਸੰਘ ਢੇਸੀਆਂ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਮੁਕਾਬਲੇ ਕਰਾਏ ਗਏ ਆ, ਉਹਦੀਆਂ ਜਿੱਥੇ ਮੈਂ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ, ਉੱਥੇ ਜਿਹੜੇ ਸਾਡੇ ਬੱਚਿਆਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਉਹ ਵੀ ਬੱਚੇ ਜਿਹੜੇ ਵਧਾਈ ਦੇ ਪਾਤਰ ਆ। ਅਤੇ ਜਿੱਥੇ ਪ੍ਰਬੰਧਕਾਂ ਵੱਲੋਂ ਅੱਜ ਜਿਹੜੇ ਬੱਚੇ ਜਿੰਨਿਆਂ ਨੇ ਪਾਰਟੀਸਪੇਟ ਕੀਤਾ ਉਹਨਾਂ ਸਾਰਿਆਂ ਨੂੰ ਜਿੱਥੇ ਦਸਤਾਰਾਂ ਦਿੱਤੀਆਂ ਜਾਣੀਆਂ, ਉੱਥੇ ਜਿਹੜੇ ਫਸਟ ਸੈਕਿੰਡ ਥਰਡ ਹਰ ਗਰੁੱਪ ਵਰਗ ਦੇ ਵਿੱਚ ਬੱਚੇ ਆਉਣਗੇ ਉਹਨਾਂ ਨੂੰ ਨਗਦ ਇਨਾਮ ਵੀ ਦਿੱਤੇ ਜਾਣੇ ਆ। ਸੋ ਇਹ ਇੱਕ ਬਹੁਤ ਵਧੀਆ ਅਤੇ ਨੇਕ ਉਪਰਾਲਾ ਜਿਹਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸਾਡਾ ਜਿਹੜਾ ਗੌਰਵ ਸਾਡੀ ਦਸਤਾਰ ਆ ਉਹਦੇ ਪ੍ਰਤੀ ਜਾਗਰੂਕ ਹੋਣਗੇ ਅਤੇ ਉਹਨਾਂ ਦੇ ਵਿੱਚ ਦਸਤਾਰ ਪ੍ਰਤੀ ਜਾਗਰੂਕਤਾ ਆਊਗੀ। ਅਤੇ ਇਹੋ ਜਿਹੇ ਉਪਰਾਲੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰਿਆਂ ਨੂੰ ਹੀ ਕਰਨੇ ਚਾਹੀਦੇ, ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ। ਪਿੰਡ ਪਿੰਡ ਨਗਰ ਨਗਰ ਦੇ ਵਿੱਚ ਜਿੱਥੇ ਗੁਰਮਤਿ ਦੇ ਗੁਰਸਿੱਖੀ ਦੇ ਮੁਕਾਬਲੇ ਦਸਤਾਰਾਂ ਦੇ ਮੁਕਾਬਲੇ, ਤਾਂ ਜੋ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਹੈ, ਆਉਣ ਵਾਲਾ ਭਵਿੱਖ ਆ ਸਾਡੇ ਬੱਚੇ, ਉਹ ਗੁਰਸਿੱਖੀ ਦੇ ਵਾਲੇ ਪਾਸੇ ਨੂੰ ਜੁੜ ਸਕਣ। ਬਹੁਤ ਬਹੁਤ ਧੰਨਵਾਦ। ਇਸ ਦੌਰਾਨ ਸਾਬਕਾ SGPC ਮੈਂਬਰ ਜਥੇਦਾਰ ਹਰਜਿੰਦਰ ਸਿੰਘ ਲੀਲੀਆ ਨੇ ਵੀ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਗੁਰੂ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਗੁਰੂ ਜੀ ਦੇ ਸਿੰਘ ਸਜਣਾ ਚਾਹੀਦਾ ਹੈ, ਤਾਂ ਜੋ ਸਮਾਜ 'ਚ ਫੈਲੀਆਂ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕੇ। ਹਰਜਿੰਦਰ ਸਿੰਘ ਲੱਲੀਆਂ ਨੇ ਕੱਲ੍ਹ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਪੰਥ ਦੇ ਮਨਾਏ ਜਾ ਰਹੇ ਸਾਜਨਾ ਦਿਵਸ ਤੇ ਵੀ ਪਹੁੰਚਣ ਦੀ ਅਪੀਲ ਕੀਤੀ। ਅੱਜ ਬਾਬਾ ਸੰਘ ਜੀ ਦੇ ਪਵਿੱਤਰ ਸਥਾਨ ਦੇ ਉੱਪਰ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ, ਖਾਲਸਾ ਪੰਥ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਸਰਦਾਰ ਅਮਰਜੀਤ ਸਿੰਘ ਜੀ ਢੇਸੀ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਗਏ। ਨੌਜਵਾਨਾਂ ਨੂੰ ਦਸਤਾਰ ਸੰਬੰਧੀ ਉਤਸ਼ਾਹਿਤ ਕੀਤਾ ਗਿਆ ਔਰ ਦਸਤਾਰ ਦੀ ਜਿਹੜੀ ਆ ਸਥਿਤੀ ਆ ਉਹਦੇ ਬਾਰੇ ਜਾਣਕਾਰੀ ਕਰਵਾਈ ਗਈ। ਮੈਂ ਇਸ ਮੌਕੇ ਦੇ ਉੱਤੇ ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਆਏ ਸਾਰੇ ਨੌਜਵਾਨਾਂ ਨੂੰ ਜੀ ਆਖਦਾ, ਸਾਰਿਆਂ ਦਾ ਧੰਨਵਾਦ ਕਰਦਾ ਔਰ ਅੱਜ ਦੇ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਖਾਲਸਾ ਪੰਥ ਬਣਾ ਕੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸੀ। ਸੋ ਜਿੱਥੇ ਅਸੀਂ ਅੱਜ ਦਸਤਾਰਧਾਰੀ ਹੋਣ ਦਾ ਸੰਕਲਪ ਲੈਂਦੇ ਹਾਂ ਉੱਥੇ ਸਾਨੂੰ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਸੱਜ ਕੇ ਸਿੰਘ ਸੱਜ ਜਾਣਾ ਚਾਹੀਦਾ, ਤਾਂ ਜੋ ਜਿਹੜੀਆਂ ਸਮਾਜਿਕ ਕਰਾਈਆਂ ਆਪਣੇ ਹੁੰਦੀਆਂ ਸਮਾਜਿਕ ਬੁਰਾਈਆਂ ਹੁੰਦੀਆਂ ਉਹਨਾਂ 'ਤੇ ਖੰਡਨ ਪਾਇਆ ਜਾ ਸਕੇ ਔਰ ਸਮਾਜ ਨੂੰ ਜੋ ਸੇਧ ਗੁਰੂ ਸਾਹਿਬ ਜੀ ਨੇ ਦਿੱਤੀ ਹੈ ਉਹ ਸੇਧ 'ਤੇ ਚਲਾਇਆ ਜਾਵੇ। ਸੋ ਮੈਂ ਇਸ ਸੰਬੰਧ ਦੇ ਵਿੱਚ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕੱਲ੍ਹ ਨੂੰ ਬਾਬਾ ਸੰਘ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜਿਹੜਾ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਸੰਗਰਾਂਦ ਦੇ ਹਿਸਾਬ ਨਾਲ ਮਨਾਇਆ ਜਾ ਰਿਹਾ। ਸੋ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਬਾਬਾ ਸੰਘ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਪਹੁੰਚ ਕੇ ਗੁਰੂ ਘਰ ਦਾ ਇਤਿਹਾਸ ਸੁਣੋ, ਆਪ ਬਾਣੀ ਨਾਲ ਜੁੜੋ ਔਰ ਆਪਣੇ ਬੱਚਿਆਂ ਨੂੰ ਬਾਣੀ ਨਾਲ ਔਰ ਬਾਣੀ ਨਾਲ ਜੋੜੋ ਔਰ ਆਪ ਵੀ ਜਿਹੜਾ ਗੁਰੂ ਸਾਹਿਬ ਦੇ ਰਹਿਮ ਰਹੀ ਹੇਠ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਸਾਡਾ ਜਿਹੜਾ ਸਮਾਜ ਹੈ ਚੜ੍ਹਦੀ ਕਲਾਵਾਂ ਨੂੰ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰਾਇਆਂ ਤੋਂ ਬਿੰਦਰ ਸੁਮਨ ਦੀ ਰਿਪੋਰਟ। ਸਾਂਝੇ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।